ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ ਯੂਟਿਊਬ ਵਾਲੇ ਵੀਰਾਂ ਭੈਣਾਂ ਨੂੰ, ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ। ਅਤੇ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ। ਅਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਵੀਜ਼ਾ ਪ੍ਰੋਸੈਸਿੰਗ ਬਾਰੇ ਕਿ ਵੀਜ਼ਾ ਕਿੰਨੇ ਟਾਈਮ ਵਿੱਚ ਆ ਜਾਂਦਾ ਪਿਆ, ਕਿੰਨੇ ਚਿਰ ਵਿੱਚ ਵੀਜ਼ੇ ਲੱਗਦਾ ਆ। ਬੜੇ ਵੀਰ ਭਰਾ ਹੈਗੇ ਆ ਜਿਨ੍ਹਾਂ ਦੇ ਫਾਈਲਾਂ ਸਬਮਿਟ ਹੋਈਆਂ ਪਈਆਂ ਵਾ ਅਤੇ ਬੜੇ ਚਿਰ ਤੋਂ ਵੇਟ ਕਰ ਰਹੇ ਆ ਪਰ ਵੀਜ਼ੇ ਨਹੀਂ ਆ ਰਹੇ, ਉਹਦਾ ਕਾਰਨ ਕੀ ਹੋ ਸਕਦਾ, ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਅਤੇ ਉਂਝ ਨੋਰਮਲੀ ਕਿੰਨਾ ਟਾਈਮ ਹੁੰਦਾ ਵੀਜ਼ਾ ਲੱਗਣ ਦਾ, ਇਹਦੇ ਬਾਰੇ ਗੱਲਬਾਤ ਕਰਾਂਗੇ। ਅਤੇ ਇੱਕ ਚੀਜ਼ ਹੋਰ ਵਾ, ਜਿਨ੍ਹਾਂ ਨੂੰ ਏਅਰਪੋਰਟ ਤੋਂ ਨਹੀਂ ਚੜ੍ਹਨ ਦਿੰਦੇ ਪਏ, ਕਿਹੜੇ ਬੰਦੇ ਆ ਕਿ ਜਿਹੜੇ ਏਅਰਪੋਰਟ ਤੋਂ ਨਹੀਂ ਚੜ੍ਹ ਸਕਦੇ, ਇਸ ਟੋਪਿਕ ਬਾਰੇ ਗੱਲਬਾਤ ਕਰਾਂਗੇ ਕਿ ਵੀਜ਼ਾ ਲੱਗਣ ਤੋਂ ਬਾਅਦ ਜਦੋਂ ਆਪਾਂ ਡੇਟ ਕਰਵਾਉਂਦੇ ਆ ਅਤੇ ਏਅਰਪੋਰਟ ਤੋਂ ਹੀ ਨਹੀਂ ਉਹਨੂੰ ਚੜ੍ਹਨ ਦਿੱਤਾ ਜਾਂਦਾ। ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਕਿਹੜੇ ਬੰਦਾ ਜਿਹਨੂੰ ਨਹੀਂ ਚੜ੍ਹਨ ਦਿੱਤਾ ਜਾਂਦਾ। ਜ਼ਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਹਾਂ ਵੀਡੀਓ ਸਟਾਰਟ। ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਅਤੇ ਨਾਲ ਹੀ ਬੈਲ ਆਈਕੋਨ ਨੂੰ ਵੀ ਆਲ 'ਤੇ ਸੈੱਟ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਅਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਅਤੇ ਤੁਸੀਂ ਉਸ ਵੀਡੀਓ ਵਿੱਚ ਕੁਝ ਸਿੱਖ ਸਕੋ ਅਤੇ ਕੁਝ ਸਿਖਾ ਸਕੋ। ਅਤੇ ਦੂਜੇ ਨੰਬਰ 'ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲੇ ਤੱਕ ਇੰਸਟਾਗ੍ਰਾਮ ਦੇ ਉੱਤੇ ਫੋਲੋ ਕੀਤਾ ਹੋਣ ਜਾ ਕੇ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਲਵੋ, ਉਸ ਦਾ ਲਿੰਕ ਤੁਹਾਨੂੰ ਮਿਲ ਜੂਗਾ ਡੈਸਕ੍ਰਿਪਸ਼ਨ ਦੇ ਵਿੱਚ। ਅਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੇ, ਆਪਾਂ ਤੁਹਾਨੂੰ ਜਵਾਬ ਜ਼ਰੂਰ ਦੇਵਾਂਗੇ। ਅਤੇ ਕਈ ਵੀਰਾਂ ਭਰਾਵਾਂ ਦੀ ਸ਼ਿਕਾਇਤ ਹੈਗੀ ਕਿ ਤੁਹਾਨੂੰ ਉੱਥੇ ਮੈਸੇਜ ਨੂੰ ਤੁਸੀਂ ਆਪਣੇ ਜਿਹੜੇ ਮੈਸੇਜ ਆ ਉਹ ਬੰਦ ਕੀਤੇ ਹੋਏ, ਉਹਨਾਂ ਵਾਸਤੇ ਆਪਾਂ ਹੱਲ ਇਹ ਕੱਢਿਆ ਕਿ ਜਿਹੜੇ ਵੀਰ ਭਰਾ ਮੈਨੂੰ ਉੱਥੇ ਮੈਸੇਜ ਦੀ ਆਪਸ਼ਨ ਨਹੀਂ ਸ਼ੋ ਹੁੰਦੀ ਇੰਸਟਾਗ੍ਰਾਮ ਦੇ ਉੱਤੇ, ਤੁਸੀਂ ਮੈਨੂੰ ਉੱਥੇ ਮੈਂ ਪੋਸਟ ਪਾਈ, ਤੁਸੀਂ ਮੈਨੂੰ ਪੋਸਟ ਦਾ ਕਮੈਂਟ ਕਰ ਦਿਉ, ਭਾਵੇਂ ਇਕੱਲਾ ਹੈਲੋ ਦਾ ਹੀ ਕਮੈਂਟ ਕਰ ਦਿਉ, ਮੈਂ ਤੁਹਾਨੂੰ ਆਪੇ ਹੀ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ। ਠੀਕ ਆ, ਇਹੋ ਹੀ ਹੱਲ ਕੱਢਿਆ ਪਰ ਪਤਾ ਲੱਗਾ ਨਹੀਂ ਮੈਨੂੰ ਕਿ ਕਿਉਂ ਬੰਦ ਹੋਇਆ, ਮੈਂ ਸਾਈਡ ਸੂਡ ਵਿੱਚੋਂ ਪੰਗੇ ਪੁੰਗੇ ਤਾਂ ਲਏ ਪਰ ਕੋਈ ਫਰਕ ਨਹੀਂ ਪਿਆ ਉਹਦੇ ਨਾਲ, ਇਹਦਾ ਮੈਂ ਹੱਲ ਇਹੋ ਕੱਢਿਆ ਵਾ। ਅਤੇ ਤੀਜੇ ਨੰਬਰ 'ਤੇ ਇੱਕ ਗੱਲ ਹੋਰ, ਜੇ ਕਿਸੇ ਵੀ ਵੀਰ ਭਰਾ ਨੇ ਗਰੁੱਪ ਬਣਾਇਆ, ਆਪਾਂ ਇੱਕ ਵਟਸਐਪ ਗਰੁੱਪ, ਜੇਕਰ ਕਿਸੇ ਵੀ ਵੀਰ ਭਰਾ ਨੇ ਉਹ ਗਰੁੱਪ ਦੇ ਵਿੱਚ ਐਡ ਹੋਣਾ ਵਾ, ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰ ਲਓ ਇੰਸਟਾਗ੍ਰਾਮ ਦੇ ਉੱਤੇ, ਤੁਹਾਨੂੰ ਆਪਾਂ ਲਿੰਕ ਸੈਂਡ ਕਰ ਦਾਂਗੇ ਤਾਂ ਜੋ ਤੁਸੀਂ ਉਹ ਗਰੁੱਪ ਵਿੱਚ ਐਡ ਹੋ ਸਕੋ। ਅਤੇ ਉਸ ਗਰੁੱਪ ਵਿੱਚ ਇਹਦੇ ਬਾਰੇ ਹੀ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ, ਈ ਡੀ ਦੇ ਪੇਪਰਾਂ ਬਾਰੇ, ਵੀਜ਼ੇ ਬਾਰੇ, ਤਨਖਾਹ ਬਾਰੇ, ਆਪਾਂ ਕਹਿ ਲਈ ਜਿਹਨੂੰ ਆਪਾਂ ਕਹਿੰਦੇ ਕਿ ਸੈਲਰੀ ਬਾਰੇ, ਕੋਈ ਵੀ ਤੁਸੀਂ ਸਵਾਲ ਪੁੱਛੋ ਤੁਹਾਨੂੰ ਕੋਈ ਨਾ ਕੋਈ ਸਵਾਲ ਉਹਦਾ ਜਵਾਬ ਉੱਥੇ ਮਿਲ ਹੀ ਜਾਂਦਾ ਵਾ ਤਕਰੀਬਨ। ਤੁਸੀਂ ਜੇਕਰ ਕਿਸੇ ਵੀ ਵੀਰ ਭਰਾ ਨੇ ਗਰੁੱਪ ਵਿੱਚ ਐਡ ਹੋਣਾ ਤੁਸੀਂ ਮੈਨੂੰ ਮੈਸੇਜ ਕਰ ਲਓ ਪਰਸਨਲੀ ਇੰਸਟਾਗ੍ਰਾਮ ਦੇ ਉੱਤੇ, ਤੁਹਾਨੂੰ ਮੈਂ ਲਿੰਕ ਸੈਂਡ ਕਰ ਦੂੰਗਾ ਤਾਂ ਜੋ ਤੁਸੀਂ ਉਸ ਗਰੁੱਪ ਵਿੱਚ ਐਡ ਹੋ ਸਕੋ। ਲਓ ਵੀ ਫਿਰ ਮਿੱਤਰੋ ਕਰਦੇ ਹਾਂ ਵੀਡੀਓ ਸਟਾਰਟ। ਗੱਲਬਾਤ ਪਹਿਲਾਂ ਆਪਾਂ ਕਰਦੇ ਹਾਂ ਵੀਜ਼ਾ ਕਿੰਨੇ ਚਿਰ ਵਿੱਚ ਆ ਜਾਂਦਾ ਵਾ। ਠੀਕ ਹੈ, ਜੇਕਰ ਤਾਂ ਸਾਰਾ ਕੁਝ ਸਹੀ ਹੋਵੇ, ਜਦੋਂ ਆਪਾਂ ਆਪਣੀ ਜਿਹੜੀ ਫਾਈਲ ਸਬਮਿਟ ਕਰਦੇ ਹਾਂ VFS ਵਾਲਿਆਂ ਕੋਲੋਂ ਦਿੱਲੀ ਜਾਂ ਜਿੱਥੇ ਵੀ ਤੁਸੀਂ ਕਰਦੇ ਜੇ ਸਬਮਿਟ, ਜਿਹੜਾ ਵੀਜ਼ਾ ਵਾ ਉਹ ਜੇਕਰ ਸਾਰਾ ਕੁਝ ਸਹੀ ਹੋਵੇ ਤਾਂ ਵੀਜ਼ਾ ਹਫ਼ਤੇ, ਡੇਢ ਹਫ਼ਤੇ, ਵੱਧ ਤੋਂ ਵੱਧ 2 ਹਫ਼ਤਿਆਂ ਦੇ ਵਿੱਚ ਵਿੱਚ ਜਿਹੜਾ ਵੀਜ਼ਾ ਲੱਗ ਕੇ ਆ ਜਾਂਦਾ ਵਾ। ਪਰ ਹੁਣ ਕੀ ਹੋਇਆ, ਹੁਣ ਜਿਹੜੇ ਵਾ ਕਈ ਵੀਰ ਭਰਾ ਹੈਗੇ ਆ ਜਿਨ੍ਹਾਂ ਨੇ ਅੱਜ ਮੇਰੇ ਹਿਸਾਬ ਨਾਲ ਡੇਢ ਡੇਢ ਮਹੀਨਾ ਹੋ ਗਿਆ ਵੀਜ਼ਾ ਪਰ ਹਾਲੇ ਤੱਕ ਨਹੀਂ ਲੱਗ ਕੇ ਆਇਆ, ਅਤੇ ਨਾ ਕੋਈ ਉਹਨਾਂ ਵੱਲੋਂ ਮੇਲ ਆਈ ਨਾ ਕੁਛ ਹੋਰ। ਠੀਕ ਆ, ਅਤੇ ਵੀਰ ਭਰਾ ਜਿਹੜੇ ਆ ਘਬਰਾ ਗਏ ਆ, ਵੀਰ ਭਰਾ ਡਰ ਗਿਆ ਕਿ ਕਿਉਂ ਸਾਨੂੰ ਇੱਦਾਂ ਨਹੀਂ ਹੋਇਆ। ਹੁਣ ਤੁਹਾਨੂੰ ਵੀ ਪਤਾ ਵਾ ਵੀਰ ਭਰਾਵੋ ਕਿ ਜਦੋਂ ਦਾ ਆਪਾਂ ਕਹਿ ਲਈਏ ਕਿ ਹੁਣ ਪੇਪਰ ਜਿਹੜੇ ਓਪਨ ਹੋਏ ਸੀ ਪਿਛਲੇ ਸਾਲ, ਉਸ ਤੋਂ ਬਾਅਦ ਹੁਣ ਜਿਹੜੀਆਂ ਅਪੁਆਇੰਟਮੈਂਟਾਂ ਓਪਨ ਹੋਈਆਂ, ਬਹੁਤ ਜ਼ਿਆਦਾ ਰਸ਼ ਹੋਣ ਕਾਰਨ ਕਰਕੇ, ਜਿਵੇਂ ਆਪਾਂ VFS ਵਿੱਚ ਬਹੁਤ ਜ਼ਿਆਦਾ ਰਸ਼ ਪੈਣ ਕਰਕੇ ਜਿਹੜੇ ਵਾ ਉਹ ਕੀ ਹੁੰਦਾ ਵਾ ਕਿ ਜਦੋਂ ਫਾਈਲਾਂ ਆਪਾਂ ਜਦੋਂ ਆਪਾਂ ਸਬਮਿਟ ਕਰਦੇ ਹਾਂ, ਉਸ ਤੋਂ ਬਾਅਦ ਫਾਈਲਾਂ ਉੱਪਰ ਥੱਲੇ ਹੋ ਜਾਂਦੀਆਂ ਵਾ। ਉੱਪਰ ਥੱਲੇ ਹੋਣ ਦਾ ਮਤਲਬ ਕਿ ਜਦੋਂ ਆਪਣੀ ਇੱਕ ਆਪਣੀ ਫਾਈਲ ਥੱਲੇ ਨੱਪੀ ਗਈ ਇੱਕ ਵਾਰੀ, ਉਸ ਤੋਂ ਬਾਅਦ ਜਿਹੜੀਆਂ ਉੱਪਰ ਫਾਈਲਾਂ ਸਾਰੀਆਂ ਉਹ ਕਲੀਅਰ ਹੋਣਗੀਆਂ, ਉਹਨਾਂ ਦੇ ਵੀਜ਼ੇ ਲੱਗਣਗੇ, ਮਤਲਬ ਕਿ ਉਹਨਾਂ ਦੇ ਕਲੀਅਰ ਕਰਨ ਤੋਂ ਬਾਅਦ ਫਿਰ ਆਪਣੀ ਵਾਰੀ ਆਉਂਦੀ ਆ।
ਕਈ ਵਾਰੀ ਕੀ ਹੁੰਦਾ ਵਾ ਜਿੰਨ ਤੱਕ ਆਪਣੀ ਵਾਰੀ ਆਉਂਦੀ ਹੈ ਵਾ ਉੱਤੇ ਹੋਰ ਫਾਈਲਾਂ ਆ ਜਾਂਦੀਆਂ ਅਤੇ ਆਪਣੀ ਫਾਈਲ ਫਿਰ ਸਾਬੇ ਥੱਲੇ ਦੱਬੀ ਰਹਿ ਜਾਂਦੀ ਆ। ਉਹ ਜਿੰਨਾ ਚਿਰ ਤੱਕ ਆਪਣੀ ਫਾਈਲ ਉੱਪਰ ਨਹੀਂ ਆਉਂਦੀ ਅਤੇ ਉਹਨਾਂ ਚਿਰ ਆਪਣਾ ਜਿਹੜਾ ਵੀਜ਼ਾ ਨਹੀਂ ਲੱਗਦਾ, ਕਿਉਂਕਿ ਜਿਹੜਾ ਵੀਜ਼ਾ ਵਾ ਉਹ ਉਦੋਂ ਹੀ ਲੱਗਣਾ ਜਦੋਂ ਉਹਨਾਂ ਨੇ ਤੁਹਾਡੀ ਫਾਈਲ ਚੁੱਕਣੀ ਵਾ, ਉਹਨਾਂ ਨੇ ਕੰਟਰੋਲ ਕਰਨਾ ਵਾ ਸਾਰਾ ਕੁਝ ਵੇਖਣ ਤੋਂ ਬਾਅਦ ਕਿ ਤੁਹਾਡੇ ਪੇਪਰ ਸਾਰੇ ਸਹੀ ਆ, ਤੁਹਾਡਾ ਨੂਲਾ ਹੌਸਲਾ ਸਹੀ, ਤੁਹਾਡਾ ਪਾਸਪੋਰਟ ਸਹੀ ਹੋ, ਤੁਹਾਡਾ ਪਾਸਪੋਰਟ ਨਾ ਚਿਰ ਵੈਲਿਡ ਹੈਗਾ ਵਾ ਜਿੰਨਾ ਚਿਰ ਲੋੜ ਹੁੰਦੀ ਵਾ, ਸਾਰਾ ਕੁਝ ਵੇਖਣ ਤੋਂ ਬਾਅਦ ਹੀ ਵੀਜ਼ਾ ਲੱਗਣਾ ਵਾ, ਠੀਕ ਆ। ਇਸ ਕਰਕੇ ਜਿਹੜਾ ਤੁਹਾਡਾ ਵੀਜ਼ਾ ਵਾ ਉਹ ਲੇਟ ਹੋ ਜਾਂਦਾ ਵਾ। ਹੁਣ ਕਈ ਵੀਰ ਭਰਾ ਕੀ ਸੋਚਦੇ ਆ ਕਿ ਮੇਰੇ ਨਾ ਯਾਰ ਦੋਸਤ ਆ, ਅਸੀਂ ਇਕੱਠੇ ਜਮ੍ਹਾਂ ਕਰਾ ਕੇ ਆਏ ਹਾਂ, ਜਾਂ ਉਹ ਮੇਰੇ ਤੋਂ 2 ਕੁ ਦਿਨ ਬਾਅਦ ਕਰਾ ਕੇ ਆਇਆ ਸੀ, ਅਤੇ ਉਹ ਤਾਂ ਵੀਜ਼ਾ ਲੱਗ ਗਿਆ ਵਾ ਪਰ ਮੇਰਾ ਵੀਜ਼ਾ ਨਹੀਂ ਲੱਗਾ ਹਾਲੇ ਤੱਕ, ਅਤੇ ਕੋਈ ਪ੍ਰੋਬਲਮ ਤਾਂ ਨਹੀਂ ਪਾਉਣਗੇ, ਤੁਸੀਂ ਟੈਨਸ਼ਨ ਨਾ ਲਿਆ ਕਰੋ। ਜੇਕਰ ਤੁਹਾਨੂੰ ਉਹਨਾਂ ਵੱਲੋਂ ਕੋਈ ਮੇਲ ਨਹੀਂ ਆਉਂਦੀ ਪਈ ਹੈ, ਹਾਲੇ ਤੱਕ ਤੁਹਾਨੂੰ ਉਹਨਾਂ ਵੱਲੋਂ ਕੋਈ ਮੇਲ ਨਹੀਂ ਆਈ, ਫਿਰ ਤੁਸੀਂ ਟੈਨਸ਼ਨ ਨਾ ਲਓ, ਤੁਸੀਂ ਫਿਰ ਬੇਫਿਕਰ ਹੋ ਜਾਓ। ਫਿਰ ਉਹ ਸਿਰਫ ਇੱਕ ਹੀ ਕਾਰਨ ਆ ਕਿ ਰਸ਼ ਜ਼ਿਆਦਾ ਹੋਣ ਕਰਕੇ ਤੁਹਾਡੀ ਜਿਹੜੀ ਫਾਈਲ ਵਾ ਉਹ ਥੱਲੇ ਨੱਪੀ ਗਈ ਆ, ਅਤੇ ਜਦੋਂ ਹੁਣ ਮਤਲਬ ਕਿ ਬਾਅਦ ਵਿੱਚ ਉੱਤਲੇ ਜਿਹੜੀਆਂ ਫਾਈਲਾਂ ਕਲੀਅਰ ਹੋਣਗੀਆਂ ਅਤੇ ਉਸ ਤੋਂ ਬਾਅਦ ਤੁਹਾਡੀ ਵਾਰੀ ਜਿਹੜੀ ਆ ਨੋਰਮਲੀ ਤਰੀਕੇ ਨਾਲ ਆ ਜਾਣੀ ਹੈ, ਅਤੇ ਫਿਰ ਤੁਹਾਡਾ ਵੀਜ਼ਾ ਲੱਗ ਜਾਣਾ ਵਾ। ਹੁਣ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦੱਸਦਾ ਕਿ ਜੇਕਰ ਰਿਫਿਊਜੀ ਦੀ ਆਪਾਂ ਗੱਲ ਕਰੀਏ ਕਿ ਰਿਫਿਊਜ ਉਹਨਾਂ ਨੇ ਪਾਉਣੀ ਹੁੰਦੀ ਆ, ਰਿਫਿਊਜ ਜਿਹੜੀ ਆ ਜਦੋਂ ਆਪਾਂ ਫਾਈਲ ਸਬਮਿਟ ਕਰਦੇ ਹਾਂ ਉਸ ਤੋਂ 2 ਜਾਂ 3 ਵੱਧ ਤੋਂ ਵੱਧ 4 ਹਫ਼ਤੇ ਦੇ ਵਿੱਚ ਵਿੱਚ ਤੁਹਾਨੂੰ ਜਿਹੜੀ ਆ ਰਿਫਿਊਜੀ ਉਹ ਪਾ ਦਿੰਦੇ ਆ, ਤੁਹਾਨੂੰ ਮੇਲ ਸੈਂਡ ਕਰ ਦਿੰਦੇ ਆ। ਮੇਲ 'ਚ ਤੁਹਾਨੂੰ ਲਿਖਿਆ ਹੁੰਦਾ ਉਹਨਾਂ ਨੇ ਕਿ ਤੁਹਾਡਾ ਜਿਹੜਾ ਪਾਸਪੋਰਟ ਵਾ ਤੁਸੀਂ ਇੱਥੋਂ ਆਣ ਕੇ ਕੈਰੀ ਕਰ ਲਓ ਆਪਣਾ ਪਾਸਪੋਰਟ, ਅਤੇ ਮਤਲਬ ਕਿ ਜੋ ਤੁਸੀਂ ਜਾਓਗੇ ਤੁਹਾਨੂੰ ਦੱਸਣਗੇ ਵੀ ਕੀ ਰਿਫਿਊਜੀ ਦਾ ਕਾਰਨ ਵਾ, ਕਿ ਮਤਲਬ ਕਿ ਤੁਹਾਡੀ ਰਿਫਿਊਜੀ ਪਈ ਆ, ਕਿਉਂ ਪਈ ਆ, ਕੀ ਸਭ ਤੋਂ ਜੋ ਵੀ ਹੁੰਦਾ ਵਾ, ਚਲੋ ਕਾਰਨ ਤਾਂ ਦੱਸ ਦੇਣੀ ਉਹ, ਪਰ ਉਂਝ ਰਿਫਿਊਜੀ ਜਿਹੜੀ ਆ ਉਹ 1 ਹਫ਼ਤੇ ਦੇ ਵਿੱਚ ਹੀ ਪਾ ਜਾਂਦੇ ਆ, ਮਤਲਬ ਕਿ ਜਿਹੜੀ ਰਿਫਿਊਜੀ ਹੁੰਦੀ ਆ। ਪਰ ਜੇਕਰ ਤੁਹਾਡੀ ਰਿਫਿਊਜੀ ਨਹੀਂ ਪਈ, ਠੀਕ ਆ, ਮਤਲਬ ਕਿ ਤੁਹਾਨੂੰ ਉਹਨਾਂ ਵੱਲੋਂ ਕੋਈ ਮੇਲ ਨਹੀਂ ਆਈ, ਮਤਲਬ ਕਿ ਜੇਕਰ ਤੁਹਾਨੂੰ ਮੇਲ ਨਹੀਂ ਆਈ, ਫਿਰ ਤੁਸੀਂ ਟੈਨਸ਼ਨ ਨਾ ਲਓ, ਫਿਰ ਤੁਹਾਡਾ ਜਿਹੜਾ ਵੀਜ਼ਾ ਲੱਗਣ ਦੇ ਚਾਂਸ ਹੈਗੇ ਵਾ, ਠੀਕ ਆ। ਜਿਹੜਾ ਵੀਜ਼ੇ ਦਾ ਪ੍ਰੋਸੈਸਿੰਗ ਟਾਈਮ ਆ ਉਹ ਕੋਈ ਇੱਕ ਟਾਈਮ ਨਹੀਂ ਆ, ਜਿਹੜਾ ਮੇਨ ਆਪਾਂ ਕਹਿ ਲਈਏ ਕਿ 1 ਮਹੀਨੇ ਦੇ ਵਿੱਚ ਜਾਂ 1.5 ਮਹੀਨੇ ਦੇ ਵਿੱਚ ਵੀਜ਼ੇ ਵੀ ਹੋਣ। ਹੁਣ ਕਈ ਵੀਰ ਭਰਾ ਹੈਗੇ ਆ ਜਿਨ੍ਹਾਂ ਦਾ ਵੀਜ਼ਾ ਜਿਹੜਾ ਵਾ 1 ਹਫ਼ਤੇ ਦੇ ਵਿੱਚ ਲੱਗ ਗਿਆ ਵਾ, ਠੀਕ ਆ, ਕਈਆਂ ਦਾ 2 ਹਫ਼ਤਿਆਂ 'ਚ ਲੱਗਾ ਵਾ, ਕਈਆਂ 3 ਹਫ਼ਤਿਆਂ 'ਚ ਲੱਗਾ ਵਾ, ਕਈ ਦਾ 1 ਮਹੀਨੇ ਬਾਅਦ ਵੀਜ਼ਾ ਲੱਗਾ ਵਾ, ਅਤੇ ਕਈ ਹਾਲੇ 1.5-1.5 ਮਹੀਨਾ 2-2 ਮਹੀਨੇ ਵੀ ਹੋ ਗਿਆ ਵੀਰ ਭਰਾ ਨੇ ਆਪਣੀਆਂ ਜਿਹੜੀਆਂ ਵਾ ਫਾਈਲਾਂ ਸਬਮਿਟ ਕੀਤੀਆਂ ਪਈਆਂ, ਪਰ ਵੀਜ਼ਾ ਨਹੀਂ ਲੱਗਾ ਹਾਲੇ ਤੱਕ, ਉਹ ਵੀਰ ਭਰਾ ਘਬਰਾ ਰਿਹਾ। ਇਸ ਕਰਕੇ ਜਿਹੜਾ ਵਾ ਕੋਈ ਫਿਕਸ ਟਾਈਮ ਨਹੀਂ ਹੈਗਾ ਕਿੰਨੇ ਚਿਰ ਵਿੱਚ ਵੀਜ਼ਾ ਲੱਗਦਾ ਵਾ, ਇਹਦੇ ਬਾਰੇ ਆਪਾਂ ਕੁਝ ਵੀ ਨਹੀਂ ਕਹਿ ਸਕਦੇ, ਕਿਉਂਕਿ ਜਿਹੜਾ ਵੀਜ਼ਾ ਵਾ ਉਹ ਜਦੋਂ ਤੁਹਾਡੀ ਫਾਈਲ ਉਹਨਾਂ ਦੇ ਹੱਥ ਵਿੱਚ ਆ ਗਈ, ਉਹਨਾਂ ਨੇ ਸਾਰਾ ਕੁਝ ਕੰਟਰੋਲ ਕਰਨ ਤੋਂ ਬਾਅਦ, ਜੇਕਰ ਤੁਹਾਡਾ ਸਾਰਾ ਕੁਝ ਸਹੀ ਹੋਇਆ ਵਾ, ਤੁਸੀਂ ਅੱਜ ਸਬਮਿਟ ਕਰਾਈ ਵਾ, ਅਤੇ 2 ਦਿਨਾਂ ਬਾਅਦ ਤੁਹਾਡੀ ਫਾਈਲ ਉਹਨਾਂ ਦੇ ਹੱਥ ਵਿੱਚ ਆ ਗਈ, ਤੁਹਾਡਾ 2 ਦਿਨਾਂ ਬਾਅਦ ਵੀਜ਼ਾ ਲੱਗ ਜਾਣਾ ਵਾ। ਪਰ ਜੇਕਰ ਤੁਹਾਡੀ ਫਾਈਲ 1.5-2 ਮਹੀਨੇ ਬਾਅਦ ਉਹਨਾਂ ਵਿੱਚ ਹੱਥ ਵਿੱਚ ਆਈ, ਤਾਂ ਉਹ ਤੁਹਾਡਾ ਵੀਜ਼ਾ ਲੱਗਣਾ ਵਾ, ਠੀਕ ਹੈ। ਇਹ ਪ੍ਰੋਸੈਸਿੰਗ ਹੁੰਦਾ ਵਾ ਜਿਹੜਾ ਆਪਣਾ ਵੀਜ਼ਾ ਲੱਗਣ ਦਾ ਪ੍ਰੋਸੈਸ ਹੁੰਦਾ ਵਾ। ਬਾਕੀ ਵੀਰ ਭਰਾ ਟੈਨਸ਼ਨ ਨਾ ਲਓ, ਜੇਕਰ ਤੁਹਾਨੂੰ ਉਹਨਾਂ ਵੱਲੋਂ ਕੋਈ ਮੇਲ ਨਹੀਂ ਆਈ, ਫਿਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ, ਫਿਰ ਤੁਹਾਡਾ ਵੀਜ਼ਾ ਲੱਗਣ ਦੇ ਚਾਂਸ ਹੈਗੇ ਆ। ਲਓ ਮਿੱਤਰੋ, ਹੁਣ ਆਪਾਂ ਦੂਜੇ ਟੌਪਿਕ ਬਾਰੇ ਗੱਲਬਾਤ ਕਰਦੇ ਹਾਂ ਕਿ ਏਅਰਪੋਰਟ ਤੋਂ ਨਹੀਂ ਚੜ੍ਹਨ ਦਿੰਦੇ ਪਏ, ਇਹ ਕਿਹੜੇ ਬੰਦੇ ਵਾ, ਕਿੰਨਾ ਦੇ ਵੀਜ਼ੇ ਵਾ, ਇਹ ਕਿਹੜੇ ਪੇਪਰ ਸੀ ਜਿਨ੍ਹਾਂ ਦੇ ਉੱਤੇ ਏਅਰਪੋਰਟ ਦੇ ਉੱਤੋਂ ਨਹੀਂ ਚੜ੍ਹਨ ਦਿੰਦੇ ਪਏ, ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ। ਇਹਦਾ ਕਿ ਤੁਹਾਨੂੰ ਪਿੱਛੇ ਪਤਾ ਲੱਗਾ ਹੋਣਾ ਕਿ ਸਰਕਾਰ ਨੇ ਜਿਹੜੇ ਵਾ 3,339 ਬੰਦੇ ਦੇ ਪੇਪਰ ਜਿਹੜੇ ਆ ਉਹ ਕਰਤੇ ਆ, ਦੂਜੇ ਆਪਾਂ ਕਹਿ ਲਈਏ ਕੈਂਸਲ ਕਰ ਦਿੱਤੇ ਆ, ਠੀਕ ਹੈ। ਕੈਂਸਲ ਕਰਨ ਦਾ ਕਾਰਨ ਕੀ ਸੀ ਕਿ ਮਾਲਕਾਂ ਨੇ ਠੱਗੀਆਂ ਕੀਤੀਆਂ ਸੀ, ਠੱਗੀਆਂ ਬੰਦੇ ਸੱਦੇ ਸੀ ਇੱਥੇ, ਅਤੇ ਉਹਦੇ ਕਰਕੇ ਜਿਹੜੇ ਵਾ ਮਾਲਕ ਮਤਲਬ ਕਿ ਸਰਕਾਰ ਨੇ ਜਿਹੜੇ ਵਾ ਬੰਦਿਆਂ ਦੇ ਪੇਪਰ ਜਿਹੜੇ ਆ ਕੈਂਸਲ ਕਰ ਦਿੱਤੇ ਆ। ਹੁਣ ਕਈ ਤਾਂ ਜਿਨ੍ਹਾਂ ਦੇ ਉਹਨਾਂ ਵਿੱਚੋਂ ਕਈ ਬੰਦੇ ਹੈਗੇ ਸੀ ਕਿ ਜਿਹੜੇ ਇਟਲੀ ਵਿੱਚ ਪਹੁੰਚ ਚੁੱਕੇ ਆ, ਪਰ ਕਈ ਹੈਗੇ ਕਿ ਜਿਨ੍ਹਾਂ ਦੇ ਹਾਲੇ ਵੀਜ਼ੇ ਹੀ ਲੱਗੇ ਵਾ, ਜਿਨ੍ਹਾਂ ਦੇ ਵੀਜ਼ੇ ਲੱਗੇ ਵਾ ਉਹ ਵੀਜ਼ੇ ਪਰ ਕੈਂਸਲ ਹੋ ਚੁੱਕੇ, ਮਤਲਬ ਕਿ ਉਹਨਾਂ ਨੇ ਕਹਿ ਦਿੱਤਾ ਕਿ ਇਹ ਵੀਜ਼ਾ ਜਿਹੜਾ ਵਾ ਵੈਲਿਡ ਨਹੀਂ ਹੈਗਾ। ਹੁਣ ਉਹ ਬੰਦਿਆਂ ਨੂੰ ਜਿਹੜੀਆਂ ਵਾ ਉੱਥੋਂ ਏਅਰਪੋਰਟ ਤੋਂ ਨਹੀਂ ਚੜ੍ਹਨ ਦਿੰਦੇ ਪਏ, ਕਿਉਂਕਿ ਜਦੋਂ ਉੱਥੇ ਪਹੁੰਚਦਾ ਵਾ ਉਹ ਚੈਕਿੰਗ ਹੁੰਦਾ ਸਾਰਾ ਕੁਝ, ਉੱਥੇ ਪਤਾ ਲੱਗ ਜਾਂਦਾ ਕਿ ਇਹ ਬੰਦਾ ਵੀਜ਼ਾ ਜਿਹੜਾ ਵਾ ਉਹ ਕੈਂਸਲ ਕਰ ਦਿੱਤਾ ਗਿਆ ਵਾ, ਅਤੇ ਉਹ ਬੰਦੇ ਨੂੰ ਨੋਰਮਲੀ ਗੱਲ ਵਾ ਉੱਥੋਂ ਨਹੀਂ ਚੜ੍ਹਨ ਦਿੰਦੇ, ਠੀਕ ਆ। ਇਹ ਪਰ ਇਹ ਪਤਾ ਤੁਹਾਨੂੰ ਉੱਥੇ ਜਾ ਕੇ ਲੱਗਣਾ, ਕਿਉਂਕਿ ਨੋਰਮਲੀ ਗੱਲ ਵਾ ਕਿ ਉਹਨਾਂ ਨੇ ਜੋ 3,339 ਬੰਦਿਆਂ ਦੇ ਪੇਪਰ ਜਿਹੜੇ ਆ ਉਹਨਾਂ ਨੇ
ਕੈਂਸਲ ਕੀਤੇ, ਪਰ ਉਹਨਾਂ ਨੇ ਨਾਂ ਨਹੀਂ ਦੱਸਿਆ ਕਿ ਕਿਹਦਾ ਕਿਹਦਾ ਕਿਹੜਾ ਨਾਮ ਆ, ਅਤੇ ਇਹਦਾ ਨਾਮ ਇੱਦਾਂ ਵਾ ਅਤੇ ਇਹਦਾ ਨਾਮ ਇੱਦਾਂ ਵਾ, ਪਰ ਉਂਝ ਉਹਨਾਂ ਨੇ ਕੈਂਸਲ ਕੀਤੇ ਵਾ। ਇਹ ਤਾਂ ਤੁਹਾਨੂੰ ਪਤਾ, ਮੈਂ ਤੁਹਾਨੂੰ ਪਿਛਲੀ ਵੀਡੀਓ ਜਿੱਥੇ ਤੁਹਾਨੂੰ ਮੈਂ ਫਿਰ ਦੱਸ ਦਿੰਦਾ ਕਿ ਜੇਕਰ ਤੁਹਾਡੇ ਪੇਪਰ ਨਿਕਲੇ ਵਾ, ਠੀਕ ਹੈ, ਤੁਹਾਨੂੰ ਤੁਹਾਡੇ ਕੋਲ 9 ਲੱਖ ਤੁਹਾਡਾ ਪਹੁੰਚ ਗਿਆ, ਫਿਰ ਤੁਹਾਡਾ ਵੀਜ਼ਾ ਹੀ ਨਹੀਂ ਲੱਗਣਾ ਜੇ, ਕਿਉਂਕਿ ਤੁਹਾਡੇ ਪੇਪਰ ਹੀ ਕੈਂਸਲ ਹੋ ਚੁੱਕੇ ਪਏ ਪਿੱਛੋਂ। ਉਹਨਾਂ ਨੇ ਕੀ ਕਰਨਾ ਵਾ, ਉਹਨਾਂ ਨੇ ਅੰਬੈਸੀ ਵਾਲਿਆਂ ਨੂੰ ਸੈਂਡ ਕਰ ਦਿੰਦੇ ਆ ਕਿ ਆਹ ਬੰਦਾ ਵਾ ਇਹਦਾ 9 ਲੱਖ ਉਸ ਤੱਕ ਕੈਂਸਲ ਕਰ ਦਿੱਤਾ ਹੋਗਾ, ਤੁਸੀਂ ਇਹਨੂੰ ਵੀਜ਼ਾ ਨਹੀਂ ਲਾ ਦੇਣਾ। ਪਰ ਤੁਸੀਂ ਆਪਣਾ 9 ਲੱਖ ਉਸ ਤੱਕ ਲੈ ਕੇ ਉੱਥੇ ਜਾਓਗੇ ਅਤੇ ਨੋਰਮਲੀ ਕੱਲ੍ਹ ਤੁਹਾਡਾ ਜਿਹੜਾ ਵੀਜ਼ਾ ਵਾ ਉਹ ਨਹੀਂ ਲੱਗਣਾ, ਕਿਉਂਕਿ ਤੁਹਾਡਾ 9 ਲੱਖ ਉਸ ਤੱਕ ਹੀ ਕੈਂਸਲ ਕਰ ਦਿੱਤਾ ਗਿਆ ਵਾ। ਜੇਕਰ ਤੁਹਾਡਾ ਵੀਜ਼ਾ ਲੱਗ ਚੁੱਕਾ ਵਾ ਤਾਂ ਤੁਹਾਨੂੰ ਏਅਰਪੋਰਟ ਤੋਂ ਹੀ ਚੜ੍ਹਨ ਨਹੀਂ ਦੇਣਾ, ਠੀਕ ਹੈ, ਕਿਉਂਕਿ ਇਹਦਾ ਕਾਰਨ ਕੀ ਵਾ, ਏਅਰਪੋਰਟ ਤੋਂ ਨਹੀਂ ਚੜ੍ਹਨ ਦੇਣਾ, ਕਿਉਂਕਿ ਉਹਨਾਂ ਨੇ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡਾ ਜਿਹੜਾ ਵੀਜ਼ਾ, ਜਿਹੜਾ ਤੁਹਾਡੇ ਪੇਪਰ ਆ ਉਹ ਕੈਂਸਲ ਕਰ ਦਿੱਤੇ ਗਏ ਆ, ਉਹਨਾਂ ਨੇ ਚੜ੍ਹਾ ਦਿੱਤਾ ਸਾਰਾ ਕੁਛ ਕਿ ਆਹ ਜਿਹੜਾ ਵੀਜ਼ਾ ਵਾ ਇਹ ਕੈਂਸਲ ਕੀਤਾ ਹੋਇਆ ਵਾ, ਅਤੇ ਤੁਸੀਂ ਏਅਰਪੋਰਟ ਤੋਂ ਨਹੀਂ ਇਹਨੂੰ ਚੜ੍ਹਨ ਦੇਣਾ। ਤਾਂ ਨੋਰਮਲੀ ਗੱਲ ਵਾ, ਜਦੋਂ ਉਹਨਾਂ ਨੇ ਸਰਚ ਮਾਰਨੀ ਹੋਏ ਤਾਂ ਆਪਾਂ ਕਹਿ ਲਈਏ ਕਿ ਜੋ ਵੀ ਸਾਰਾ ਕੁਛ ਉਹਨਾਂ ਨੇ ਚੈੱਕ ਕਰਨਾ ਵਾ, ਅਤੇ ਨੋਰਮਲੀ ਗੱਲ ਤੁਹਾਡਾ ਜਿਹੜਾ ਵੀਜ਼ਾ ਵਾ ਉਹ ਕੈਂਸਲ ਵਾ, ਅਤੇ ਤੁਹਾਨੂੰ ਉਹਨਾਂ ਨੇ ਏਅਰਪੋਰਟ ਤੋਂ ਹੀ ਨਹੀਂ ਚੜ੍ਹਨ ਦੇਣਾ। ਹੁਣ ਪਰ ਕਈ ਵੀਰ ਭਰਾ ਹੈਗੇ ਆ ਜਿਹੜੇ ਏਅਰਪੋਰਟ ਤੋਂ ਚੜ੍ਹ ਕੇ ਇੱਥੇ ਆ ਗਏ ਆ, ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਵਾ ਇਹ ਨਿਊਜ਼ ਆਈ ਆ ਕੈਂਪ ਕੈਂਸਲ ਹੋਣ ਵਾਲੀ, ਉਹਨਾਂ ਵਾਸਤੇ ਕੀ ਆ ਕਿ ਉਹਨਾਂ ਨੂੰ ਸੰਜੋਰ ਨੂੰ ਨਹੀਂ ਮਿਲਣੀ, ਜੇਕਰ ਉਹ ਕਸਤੂਰੇ ਵਿੱਚ ਜਿਹਨੂੰ ਆਪਾਂ ਪੁਲਿਸ ਥਾਣਾ ਕਹਿੰਦੇ ਉੱਥੇ ਫਿੰਗਰ ਕਰਵਾਉਣ ਜਾਂਦੇ ਆ, ਉਹਨਾਂ ਦੇ ਫਿੰਗਰ ਹੀ ਨਹੀਂ ਹੋਏ, ਉਹਨਾਂ ਨੇ ਸੰਜੋਰ ਨੂੰ ਨਹੀਂ ਦੇਣੀ, ਕਿਉਂਕਿ ਉਹਨਾਂ ਨੇ ਤੁਹਾਨੂੰ ਪਹਿਲਾਂ ਕਹਿ ਦੇਣਾ ਕਿ ਤੁਹਾਡੇ ਜਿਹੜੇ ਵਾ ਪੇਪਰ ਵਾ ਇਹ ਕੈਂਸਲ ਕਰ ਦਿੱਤੇ ਗਏ ਆ। ਇਹ ਕਾਰਨ ਆ ਜਿਨ੍ਹਾਂ ਨੇ ਜਿਹੜੇ ਜਿਨ੍ਹਾਂ ਦੀ ਆਪਾਂ ਕਹਿ ਲਈ ਕਿ ਜਿਸ ਕਰਕੇ ਜਿਹੜਾ ਵਾ ਉਹ ਏਅਰਪੋਰਟ ਤੋਂ ਉਹਨਾਂ ਨੇ ਨਹੀਂ ਚੜ੍ਹਨ ਦੇਣਾ। ਬਾਕੀ ਜਿਨ੍ਹਾਂ ਦਾ ਸਾਰਾ ਕੁਝ ਸਹੀ ਵਾ, ਜਿਨ੍ਹਾਂ ਦੇ ਪੇਪਰ ਦੂਜੇ ਵਾ ਨੋਰਮਲ ਪੇਪਰ ਵਾ, ਅਤੇ ਮਾਣ ਨਾਲ ਤੁਸੀਂ ਚੜ੍ਹੋ, ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ, ਆਪਣਾ ਜਿਹੜਾ 9 ਲੱਖ ਵਾ ਇਹਦੀ ਫੋਟੋ ਕਾਪੀ ਕਰਾ ਕੇ ਆਪਣੇ ਕੋਲ ਜ਼ਰੂਰ ਨਾਲ ਖੜੋ, ਤਾਂ ਜੋ ਤੁਹਾਨੂੰ ਉੱਥੇ ਜੇਕਰ ਤੁਹਾਨੂੰ ਉਹ ਪੁੱਛਣ ਏਅਰਪੋਰਟ ਦੇ ਉੱਤੇ ਕਿ ਤੁਹਾਡਾ 9 ਲੱਖ ਚਾਹੀਦਾ, ਤੁਸੀਂ 9 ਲੱਖ ਵਿਖਾਉਣ ਜੋਗੇ ਹੋਵੋ ਉਹਨਾਂ ਨੂੰ, ਕਿਉਂਕਿ 9 ਲੱਖ ਜਿਹੜਾ ਵਾ ਮੇਨ ਚੀਜ਼ ਉਹ ਮੰਗਦੇ ਆ ਏਅਰਪੋਰਟ ਦੇ ਉੱਤੇ। ਇਹ ਨਹੀਂ ਕਿ ਸਾਰਿਆਂ ਤੋਂ ਮੰਗਦੇ ਆ, ਉਹ ਕਈ ਵਾਰ ਮੰਗ ਲੈਂਦੇ ਆ, ਕਈ ਵਾਰ ਨਹੀਂ ਮੰਗਦੇ। ਹੁਣ ਇੱਦਾਂ ਹੀ ਮੇਰੇ ਨਾਲ ਹੋਇਆ ਸੀ, ਮੈਂ ਤੁਹਾਨੂੰ ਤਾਂ ਇਹ ਗੱਲ ਬਾਰ ਬਾਰ ਕਹਿੰਦਾ ਕਿ ਜਦੋਂ ਮੈਂ ਪਹਿਲੀ ਵਾਰੀ ਇਟਲੀ ਵਿੱਚ ਆਉਣਾ ਸੀ, ਮੈਂ ਕੀ ਕੀਤਾ, ਆਪਣੇ ਮੈਨੂੰ ਮੇਰੇ ਪੇਪਰ ਜਿਹੜੇ ਇਟਲੀ ਤੋਂ ਆਏ, ਮੈਂ 9 ਲੱਖ ਦੀ ਫੋਟੋ ਕਾਪੀ ਕਰਾ ਕੇ ਆਪਣੇ ਕੋਲ ਨਹੀਂ ਰੱਖੀ, ਅਤੇ ਮੈਂ ਜਮ੍ਹਾਂ ਕਰਾਤੇ, ਅਤੇ ਬਾਅਦ ਵਿੱਚ ਜਦੋਂ ਮੇਰਾ ਪਾਸਪੋਰਟ ਆਇਆ ਤਾਂ 9 ਲੱਖ ਉਹਨਾਂ ਨੇ ਭੇਜਿਆ ਨਹੀਂ ਨਾਲ, ਐਮਬੈਸੀ ਵਾਲਿਆਂ ਨੇ, VFS ਵਾਲਿਆਂ ਨੇ। ਉਸ ਤੋਂ ਬਾਅਦ ਕੀ ਹੋਇਆ, ਜਦੋਂ ਮੈਂ ਏਅਰਪੋਰਟ ਤੋਂ ਚੜ੍ਹਨਾ ਸੀ, ਠੀਕ ਹੈ, ਉਹਨਾਂ ਨੇ ਉੱਥੇ ਮੇਰੇ ਤੋਂ 9 ਲੱਖ ਮੰਗ ਲਿਆ, ਅਤੇ ਮੇਰੇ ਕੋਲ 9 ਲੱਖ ਹੈਗਾ ਨਹੀਂ ਸੀ। ਫਿਰ ਮੈਂ ਕੀ ਕੀਤਾ, ਫਿਰ ਮੇਰੇ ਜਿਹੜੇ ਇੱਥੇ ਇਟਲੀ ਵਿੱਚ ਬੰਦੇ ਸੀ, ਮੈਂ ਉਹਨਾਂ ਨੂੰ ਕਿਹਾ ਕਿ ਉਹਨਾਂ ਕੋਲ ਕਿਤੇ ਫੋਟੋ ਹੈਗੀ ਸੀ 9 ਲੱਖ ਦੀ, ਮੈਂ ਫੋਟੋ ਮੰਗਾ ਕੇ ਅਤੇ ਉਹ ਫੋਟੋ ਖਾਈ, ਅਤੇ ਫਿਰ ਮੈਨੂੰ ਉਹਨਾਂ ਨੇ ਚੜ੍ਹਨ ਦਿੱਤਾ। ਜੇਕਰ ਮੇਰੇ ਕੋਲੋਂ ਉਹ ਫੋਟੋ ਨਾ ਮੈਨੂੰ ਲੱਭਦੀ ਤਾਂ ਮੈਨੂੰ ਉਹਨਾਂ ਨੇ ਚੜ੍ਹਨ ਹੀ ਦੇਣਾ ਸੀ। ਇਸ ਕਰਕੇ ਮੇਰੇ ਵੀਰ ਭਰਾ 9 ਲੱਖ ਦੀਆਂ ਫੋਟੋ ਕਾਪੀ ਕਰਾ ਕੇ ਆਪਣੇ ਕੋਲ ਜ਼ਰੂਰ ਰੱਖਿਆ ਕਰੋ, ਅਤੇ ਨਾ ਤਾਂ ਜੋ ਜਦੋਂ ਤੁਸੀਂ ਏਅਰਪੋਰਟ ਤੋਂ ਚੜ੍ਹਨਾ ਤੁਸੀਂ ਆਪਣੇ ਨਾਲ ਖੜੋ। ਜੇਕਰ ਤਾਂ ਤੁਹਾਡੇ ਕੋਲੋਂ ਮੰਗ ਲੈਣ, ਤੁਸੀਂ ਉਹਨਾਂ ਨੂੰ ਆਪਣਾ ਦੇ ਦਿਓ, ਦੂਜਾ ਵਾਲੀ ਫੋਟੋ ਕਾਪੀ ਦੇ ਦਿਓ, ਅਤੇ ਜੇਕਰ ਤੁਹਾਡੇ ਕੋਲ ਨਾ ਮੰਗਣ ਤਾਂ ਚਲੋ ਜ਼ਿਆਦਾ ਵਧੀਆ ਵਾ, ਠੀਕ ਹੈ, ਕਿਉਂਕਿ ਪਰ ਤੁਸੀਂ ਤੁਹਾਡੀ ਸਿਕਿਉਰਸ਼, ਤੁਹਾਡੀ ਮਤਲਬ ਕਿ ਸਿਕਿਉਰਿਟੀ ਤਾਂ ਹੋਊਗੀ ਕਿ ਤੁਹਾਡੇ ਕੋਲ ਇਹ ਚੀਜ਼ ਹੈਗੀ ਵਾ, ਠੀਕ ਆ। ਇਸ ਕਰਕੇ ਮੇਰੇ ਵੀਰ ਭਰਾ ਇਹ ਨਿੱਕੇ ਨਿੱਕੇ ਗੱਲਾਂ ਵੱਲ ਖਾਸ ਕਰਕੇ ਧਿਆਨ ਦਿਆ ਕਰੋ, ਜੇਕਰ ਤੁਸੀਂ ਜਿਹੜਾ ਵਾ ਸਹੀ ਤਰੀਕੇ ਨਾਲ ਸੌਖੇ ਤਰੀਕੇ ਨਾਲ ਇੱਥੇ ਇਟਲੀ ਵਿੱਚ ਆਉਣਾ ਵਾ। ਲਓ ਵੀ ਮਿੱਤਰੋ, ਇਸ ਵੀਡੀਓ 'ਚ ਸਿਰਫ ਇੰਨਾ ਹੀ, ਮਿਲਦੇ ਹਾਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ, ਉਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਅਤੇ ਟੇਕ ਕੇਅਰ ਜੀ।